ਤੁਹਾਡੇ ਕੋਲ ਇਹੋ ਜਿਹੇ ਮਰੀਜ਼ ਵੀ ਆਉਂਦੇ ਨੇ ਜਿਨ੍ਹਾਂ ਦੀ ਬੱਚਾ ਨਾ ਹੋਣ ਦੀ ਦਿੱਕਤ ਆਉਂਦੀ ਹੈ? ਸੋਨਾ ਚਾਂਦੀ ਲੋ ਭੰਗ ਤਰਵੰਗ ਪਾ ਕੇ ਭਸਮਾ ਦਿਉਂਗਾ ਤਾਂ ਮੈਂ ਦਿਉਂਗਾ ਹੀ। ਕਹਿੰਦੇ ਨੇ ਵੀ ਗੋਲੀ 'ਚ ਕੈਪਸੂਲ 'ਚ ਮਿੱਟੀ ਪਾ ਕੇ ਦੇ ਦਿਉ ਅਤੇ ਕਹਿ ਦਿਉ ਵੀ ਹੋ ਜੂਗਾ ਭਲਾ। ਭਲਾ ਤਾਂ ਜਦੋਂ ਹੋਣਾ ਤਾਂ ਜੀ ਹੁਣ ਵੈਗਨੂ ਨਹੀਂ ਕਰਨਾ। ਫਿਰ ਆਪਾਂ ਜਿਹੜੀ ਦਵਾਈ ਦਿੰਦੇ ਹਾਂ ਆਪਾਂ ਅਗਲੇ ਨੂੰ ਕਹਿੰਦੇ ਹਾਂ ਵੀ ਮੇਰੇ 'ਤੇ ਨਾ ਛੱਡੀ, ਉਹ ਪਰਮਾਤਮਾ ਦਾ ਨਾਂ ਲੈ ਕੇ ਸ਼ੁਰੂ ਕਰ। ਤੁਹਾਡੇ ਕੋਲ ਇਹੋ ਜਿਹੇ ਮਰੀਜ਼ ਵੀ ਆਉਂਦੇ ਨੇ ਜਿਨ੍ਹਾਂ ਦੀ ਬੱਚਾ ਨਾ ਹੋਣ ਦੀ ਦਿੱਕਤ ਆਉਂਦੀ ਹੈ? ਹੁੰਦੇ ਆ ਜੀ ਬਹੁਤ, ਪਰ ਬਹੁਤ ਜ਼ਿਆਦਾ ਪਰਮਾਤਮਾ ਨਹੀਂ ਦਿਆ। ਤੁਹਾਨੂੰ ਮਰੀਜ਼ ਬਿੰਦ ਕੁ ਆ ਕੇ ਵੀ ਗਏ ਸੀਗੇ, ਦੇਖੀ ਸੀਗੇ, ਪਰ ਮੈਂ ਨਹੀਂ ਕਹਿੰਦਾ, ਪਰ ਕਰਨਾ ਪਰਮਾਤਮਾ ਨੇ ਆ। ਮੈਂ ਕਿਸੇ ਨੂੰ ਨਹੀਂ ਕਿਹਾ ਵੀ ਮੈਂ ਠੀਕ ਕਰੂੰ, ਕਰਨਾ ਵਾਹਿਗੁਰੂ ਨੇ ਆ, ਪਰ ਆਪਣਾ ਫਰਜ਼ ਆ, ਮੈਂ ਜਿਹੜਾ ਮੇਰਾ ਫਰਜ਼ ਦਿੱਤਾ ਮੈਂ ਪੂਰਾ ਨਿਭਾ ਕੇ ਦਿੰਦਾ। ਜਿਹੜੀ ਚੀਜ਼ ਕਹੀ ਜੇ ਸੋਨਾ ਚਾਂਦੀ ਲੋ ਭੰਗ ਤਰਵੰਗ ਪਾ ਕੇ ਭਸਮਾ ਦਿਉਂਗਾ ਤਾਂ ਮੈਂ ਦਿਉਂਗਾ ਹੀ। ਨਸ਼ੇ ਤੋਂ ਪਰਹੇਜ਼ ਆ, ਨਸ਼ੇ ਵਾਲੀ ਦਵਾਈ ਆਪਾਂ ਵਰਤਦੇ ਨਹੀਂ। ਕਿਤੇ ਕਹਿੰਦੇ ਨੇ ਵੀ ਗੋਲੀ 'ਚ ਕੈਪਸੂਲ 'ਚ ਮਿੱਟੀ ਪਾ ਕੇ ਦੇ ਦਿਉ ਅਤੇ ਕਹਿ ਦਿਉ ਵੀ ਹੋ ਜੂਗਾ ਭਲਾ। ਦੇਖੋ ਜੀ, ਭਲਾ ਤਾਂ ਜਦੋਂ ਹੋਣਾ ਤਾਂ ਜੀ ਹੁਣ ਵੈਗਨੂ ਨਹੀਂ ਕਰਨਾ। ਹਾਂ, ਜਿਹੜੀ ਗੱਲ ਹੋਈ ਮਿੱਟੀ ਦੀ, ਜੇ ਮਿੱਟੀ ਦੇ ਵਿੱਚ ਹੁਣ ਮੈਂ ਹੋਰ ਗਰਮੈਸ਼ ਵਾਲੀਆਂ ਚੀਜ਼ਾਂ ਪਾ ਕੇ ਦਊਂਗਾ ਉਹਨੇ ਬੰਦੇ ਨੇ ਫਰਕ ਨਹੀਂ ਪੈਣਾ। ਅਤੇ ਫਿਰ ਹੈਗਾ ਸਾਡੀ ਦੇਸੀ ਦਵਾਈ 'ਤੇ ਵਿਸ਼ਵਾਸ, ਨੇਚਾ ਯਕੀਨ। ਜਿਹਨੇ ਇਹਨੇ ਇਹ ਕਰ ਲਈਆਂ ਨਾ ਉਹ ਬਸ ਜੀਰੋ ਤੋਂ ਹੀਰੋ ਹੀ ਬਣੂਗਾ। ਤਾਂ ਆਪਣੀ ਦਵਾਈ ਕੋਨੇ ਕੋਨੇ 'ਤੇ ਜਾਂਦੀ ਆ, ਕੋਨੇ ਕੋਨੇ 'ਤੇ ਜਿਹੜਾ ਲੈ ਕੇ ਜਾਂਦਾ ਉਹ ਦੱਸਦਾ ਵੀ ਹਾਂ ਆਪਣੀ ਦਵਾਈ ਵਰਤੀ ਆ, ਅਸੀਂ ਦਿੱਤੀ ਆ ਦਵਾਈ ਵੈਦ ਨੇ ਕਿਸੇ ਨੇ। ਫਿਰ ਆਪਾਂ ਜਿਹੜੀ ਦਵਾਈ ਦਿੰਦੇ ਹਾਂ ਆਪਾਂ ਅਗਲੇ ਨੂੰ ਕਹਿੰਦੇ ਹਾਂ ਵੀ ਮੇਰੇ 'ਤੇ ਨਾ ਛੱਡੀ, ਉਹ ਪਰਮਾਤਮਾ ਦਾ ਨਾਂ ਲੈ ਕੇ ਸ਼ੁਰੂ ਕਰ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲੈ ਕੇ ਦਵਾਈ ਸਟਾਰਟ ਕਰਦੇ, ਤੈਨੂੰ ਫਾਇਦਾ ਇਹੀ ਫਾਇਦਾ ਹੋਊਗਾ। ਤੁਸੀਂ ਕਹਿੰਦੇ ਵੀ ਆ ਦੁਕਾਨ 'ਚ ਸ਼ੀਸ਼ੇ ਵੀ ਉਹਨਾਂ ਨੇ ਲਵਾ ਕੇ ਦਿੱਤੇ ਜਿਹਨਾਂ ਦਾ ਭਲਾ ਹੋਇਆ? ਹਾਂਜੀ, ਆ ਸ਼ੀਸ਼ੇ ਉਹਨਾਂ ਨੇ ਲਵਾ ਕੇ, ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਆ, ਸ਼ੀਸ਼ੇ ਉਹਨਾਂ ਨੇ ਲਵਾਏ ਆ, ਉਹ ਪਰਮਾਤਮਾ ਨੇ ਉਹਨਾਂ ਦੇ ਘਰੇ ਖੁਸ਼ੀ ਲਿਆਂਦੀ ਆ। ਹਾਂ, ਅਤੇ ਮੈਂ ਨਹੀਂ ਕਹਿੰਦਾ ਵੀ ਮੈਂ ਦਿੱਤੀ ਆ, ਨਹੀਂ ਦਿੱਤੀ, ਉਹ ਵਾਹਿਗੁਰੂ ਨੇ ਆ। ਹਾਂ, ਮੇਰਾ ਤਾਂ ਇੱਕ ਜ਼ਰੀਆ ਦਵਾਈ ਦੇਣ ਦਾ। ਹਾਂ, ਅਤੇ ਦਵਾਈ ਦੇਣਾ ਉਹ ਪਰਮਾਤਮਾ ਨੇ ਆ। ਜੇ ਮੈਂ ਕਹਾਂ ਵੀ ਮੈਂ ਮੁੰਡੇ ਵਾਲੀ ਦਵਾਈ ਦੇ ਦੂੰ, ਮੈਂ ਕੁੜੀ ਵਾਲੀ, ਨਹੀਂ ਦੇਣਾ ਉਹਨੇ ਆ, ਦਵਾਈ ਮੇਰੀ ਆ। ਠੱਗਦੇ ਵੀ ਆ ਵੈਦ? ਦੇਖੋ ਜੀ, ਮੈਂ ਵੀਰੇ ਇਹ ਕਿਸੇ ਨੂੰ ਨਹੀਂ ਕਹਿੰਦਾ ਵੀ ਠੱਗਦੇ, ਜਾਂ ਅਗਲਾ ਨੇ ਮੈਨੂੰ ਵੀ ਕਹਿੰਦਾ ਵੀ ਠੱਗਦਾ, ਨਹੀਂ। ਇਹ ਜਿਹਦੇ ਵਿਸ਼ਵਾਸ ਵੱਧ ਗਿਆ ਫਿਰ ਤਾਂ ਮਿੱਟੀ ਦੀ ਪੁੜੀ ਦੇ ਦਿਓ ਵੀਰੇ, ਉਹ ਵੀ ਜਾਂਦੀ ਹੋਈ ਲੱਗਦੀ ਆ, ਠੀਕ ਹੈ ਨਾ? ਯਕੀਨ ਹੋਣਾ ਜ਼ਰੂਰੀ, ਯਕੀਨ ਆ। ਪਰ ਆਪਾਂ ਵਾਹਿਗੁਰੂ ਤੋਂ ਡਰ ਕੇ ਕਹਿੰਦੇ ਹਾਂ ਵੀ ਆਪਾਂ ਜੇ ਦਵਾਈ ਦੇਵਾਂਗੇ ਅਗਲੇ ਨੂੰ ਦੱਸ ਕੇ ਦੇਵਾਂਗੇ ਵੀ ਆਹ ਚੀਜ਼ ਪਾਈ ਆ, ਮਰੀਜ਼ ਆ ਕੇ ਬੋਲੂਗਾ ਵੀ ਤੇਰੀ ਦਵਾਈ ਦਿੱਤੀ ਆ, ਅਸੀਂ ਵੀ ਠੀਕ ਆ। ਅਤੇ ਐਂ ਨਹੀਂ ਹੈਗਾ ਵੀ ਮੈਨੂੰ ਆ ਕੇ ਉਹ ਕਰੂਗਾ ਵੀ ਤੇਰੀ ਦਵਾਈ ਨੇ ਕੰਮ ਨਹੀਂ ਕੀਤਾ, ਪੈਸੇ ਦੇਤੇ ਆ, ਵੀ ਪੈਸੇ ਵੀ ਲੱਗਣਗੇ, ਦਵਾਈ 'ਤੇ ਪੈਸੇ ਵੀ ਲੱਗਣਗੇ।